गढ़शंकर तो नंगल नूं जाण वाली सड़क दी खस्ता हालत होण करके लोकां नूं परेशानियां झेलणियां पै रहियां हन। इलाका निवासियों ने पंजाब सरकार अते प्रशासन नूं सख्त चेतावनी दित्ती है, जेकर सड़क की जल्द सार ना लई तां आउण वाले समें दे विच वड्डे पद्धर ते संघर्ष कीते जाणगे। गढ़शंकर तों नंगल नूं जाण वाली मुख हाईवे सड़क जिहड़े कि दो स्टेटां पंजाब अते हिमाचल नूं आपस में जोड़दी है अते इस दे नाल ही धार्मिक स्थानां नूं भी जाती है। इस सड़क दे विच पए होए टोए नूं देख के इंज जापदा है कि सड़क च टोए नहीं सगों टोयां विच सड़क बनी हुई है। सड़क दे विच पए होए टोए दे कारण राहगीरां नूं लगातार परेशानियां आ रही हैं अते हादसे वापर रहे हैं, पर सरकार अते प्रशासन वल्लों उस दी सार ना ले जाण करके लोकां दे संघर्ष दी चेतावनी दे दित्ती है। ये दो सूबिया नूं मिलदी आ सरकार दे मूंह ते कालका। दुनिया का कोई देश नहीं जिस देश जदों बच्चे पढ़न जाण तां हैवी मशीनरी जावे। ये सड़क नहीं टोया च सड़क वा, खूह वर्गे टोए सड़क दो सूबिया नूं मिलदी आ। इहदे च सारे धार्मिक स्थान इस सड़क ते आ। डैम सब तो वधिया भाखड़ा डैम इस सड़क ते आ। नंगल टाउनशिप इस रोड ते पैंदा। असी सत वार लगातार धरना लाया, पैंचा दा कहना सिर मत्थे ते परनाला उत्थे उत्थे। असी सरकार नूं कहता, असी इस अगस्त महीने दे अखीर दे विच अखीरले हफ्ते पक्का मोर्चा लाना, नंगल नहीं कोई देना। ਅਸੀਂ ਖੜੇ ਬਲਟ ਦੀ ਨੰਬਰ ਵਨ ਸੜਕ ਜਿਹੜੀ ਟੁੱਟਿਆਂ ਦੇ ਵਿੱਚ ਆਉਂਦੀ ਹੈ ਪਹਿਲੀ ਨੰਬਰ 'ਤੇ ਬਲਟ ਦੀ। ਲੋਕੀ ਇੱਥੋਂ ਨਾ ਫੋਟੋਆਂ ਖਿੱਚ ਕੇ ਲੈ ਕੇ ਜਾਂਦੇ, ਵੀਡੀਓ ਬਣਾ ਕੇ ਲੈ ਕੇ ਜਾਂਦੇ, ਘਰੇ ਦਿਖਾਉਂਦੇ ਕਿ ਇੱਦਾਂ ਦੀ ਸੜਕ ਵੀ ਹੁੰਦੀ ਆ। ਸਾਡੇ ਇਲਾਕੇ ਦੇ ਵਿੱਚ ਦੋ ਵਾਰੀ ਲੋਕਾਂ ਨੇ ਨਾ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ। ਪਹਿਲਾਂ ਕਾਂਗਰਸ ਦੀ ਸਰਕਾਰ ਸੀ, ਉਸ ਟਾਈਮ ਵੀ ਆਮ ਆਦਮੀ ਨੂੰ ਮੌਕਾ ਦਿੱਤਾ, ਅਸੀਂ ਖੁਦ ਵੋਟਾਂ ਪਾਈਆਂ ਉਸ ਟਾਈਮ ਵੀ। ਇਸ ਵਾਰੀ ਵੋਟਾਂ ਪਾਈਆਂ, ਝੰਡੇ ਵੀ ਚੱਕੇ ਆਮ ਆਦਮੀ ਪਾਰਟੀ ਦੇ ਅਤੇ ਦਫ਼ਤਰ ਜਾ ਕੇ ਜਸ਼ਨ ਵੀ ਮਨਾਏ, ਪਰ ਇਹਨਾਂ ਨੇ ਸੜਕ ਬਾਰੇ ਕੁਛ ਨਹੀਂ ਸੋਚਦੇ। ਇੰਨੇ ਧਾਨੇ ਲੱਗ ਕੇ 7-8 ਵਜੇ ਧਾਨੇ ਲੱਗ ਚੁੱਕੇ, ਹਰੇਕ ਵਾਰੀ ਮਸ ਮਿੱਠੀਆਂ ਗੋਲੀਆਂ ਦੇ ਕੇ ਤੋੜ ਦਿੰਦੇ ਕਿ ਸੜਕ ਬਣੂਗੀ, ਪਰ ਸੜਕ ਦਾ ਕੋਈ ਨਹੀਂ ਆ। ਸਾਨੂੰ ਸਮਝ ਨਹੀਂ ਲੱਗਦੀ ਕਿ ਇਹਦਾ ਕੀਤਾ ਕੀ ਜਾ ਸਕਦਾ, ਕੀ ਕਿਹੜੇ ਕੰਮ ਕਰਨਾ ਪਏਗਾ ਸਾਨੂੰ, ਕਿ ਜਿਹੜੀ ਇਹ ਸੜਕ ਬਣਾਉਣਗੇ ਕੀ ਕੀਤਾ ਜਾ ਸਕਦਾ, ਕੁਛ ਨਹੀਂ ਸਮਝ ਆ ਰਿਹਾ। ਇੰਨਾ ਬੁਰਾ ਹਾਲ ਆ, ਟ੍ਰੈਫਿਕ ਇੰਨੀ ਹੋ ਜਾਂਦੀ ਆ, ਇੱਕ ਵੀ ਟਰੱਕ ਅੱਗੇ ਖੜ ਜਾਵੇ ਨਾ ਅਤੇ ਕਿਉਂ ਟੋਏ ਨੇ ਰੁਕੇ ਜਾਂਦਾ ਲਗਭਗ, ਅਤੇ ਸਾਰੀ ਦਿਨ ਟ੍ਰੈਫਿਕ ਨਹੀਂ ਮੁੱਕਦੀ ਆ। ਫਿਰ ਤਾਂ ਬੰਦਾ ਬਸ 2-3 ਘੰਟੇ ਫਸੇ ਰਹਿੰਦਾ ਇੱਥੇ, ਬਹੁਤ ਜ਼ਿਆਦਾ ਟੋਏ ਜਾਣੀ ਕਿ ਟੋਏ ਵੀ ਕਹਿੰਦੇ ਕਹਿ ਲਓ ਤਾਂ ਮੈਨੂੰ ਲੱਗਦਾ ਨਾ ਝੋਨੇ ਲਾਉਣ ਵਾਲਾ ਹੀ ਆ ਸਿਸਟਮ, ਸਿਰਫ ਇੱਕ ਕੱਦੂਕਾਨਾ ਰਹਿ ਗਿਆ ਜੇ ਟਰੈਕਟ ਲਿਆ ਕੱਦੂਕਾਨੇ ਤਾਂ ਬਸ ਝੋਨਾ ਲੱਗਿਆ ਸਮਝੋ। ਬਹੁਤ ਬੁਰਾ ਹਾਲ ਆ ਅਤੇ ਸਰਕਾਰ ਨੂੰ ਸੁਣਨਾ ਚਾਹੀਦਾ, ਹੁਣ ਇਹਦੇ ਬਾਰੇ ਕੁਛ ਸੋਚਣਾ ਚਾਹੀਦਾ ਕਿ ਸੜਕ ਬਾਰੇ ਕੁਛ ਨਾ। ਤਰਸ ਹੀ ਖਾ ਲਓ ਰਿਹਾ ਮੁਕਿਨ, ਲੋਕਾਂ ਦੇ ਤਰਸ ਖਾ ਲਓ, ਛੋਟੇ ਛੋਟੇ ਨਿਆਣੇ ਬੱਚੇ ਸਕੂਲੇ ਪੜ੍ਹਨ ਜਾਂਦੇ ਇਸ ਰੋਡ ਤੋਂ, ਉਹਨਾਂ ਦੀ ਸੇਫਟੀ ਕਿੰਨੀ ਹੁੰਦੀ ਹੈ ਦੇਖੋ, ਹੈ ਨਾ। ਬਾਹਰਲੇ ਮੁਲਕਾਂ ਦੇ ਵਿੱਚ ਦੇਖੋ ਜਦ ਉਹ ਨਿਆਣੇ ਜਾਂਦੇ ਤਾਂ, ਜਦ ਉੱਤਰਦੇ ਆ ਨਿਆਣੇ ਜਾਂ ਚੜ੍ਹਦੇ ਤਾਂ ਟ੍ਰੈਫਿਕ ਰੁਕ ਜਾਂਦੀ ਹੈ, ਪਰ ਇੱਥੇ ਟਰੈਲੇ ਲੱਗੀ ਜਾਂਦੇ ਆ ਬੱਚੇ, ਉਹ ਬੱਸਾਂ ਲੰਘੀ ਜਾਂਦੀ, ਐਕਸੀਡੈਂਟ ਤਾਂ ਪੱਕਾ ਹੋਣਾ ਹੀ ਹੋਣਾ ਹੀ ਆ ਕਿਸੇ ਨਾ ਕਿਸੇ ਦਿਨ, ਜਦ ਤੱਕ ਮੈਨੂੰ ਲੱਗਦਾ ਹੁੰਦਾ ਨਹੀਂ ਨਾ ਇਹ ਸਰਕਾਰ ਨੇ ਉੱਤਰ ਜਾਗਣਾ ਵੀ ਹੈ ਨਹੀਂ ਗਾ। ਸ਼ੇਰੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਇਹ ਅਪੀਲ ਕਰਨੀ ਚਾਹੁੰਦਾ ਪਹਿਲਾਂ ਤਾਂ ਸਰਕਾਰ ਨੂੰ ਦੁਆਰੇ, ਕਿ ਸੜਕ ਦੀ ਜੋ ਹਾਲਾਤ ਹੈ ਉਹ ਵੱਧ ਤੋਂ ਬੱਦਰ ਹੋ ਚੁੱਕੇ ਹੈ। ਜੇ ਤੁਸੀਂ ਝੋਨੇ ਦੀ ਗੱਲ ਕਰੋ ਤਾਂ ਇਸ ਟਾਈਮ ਜਿੰਨਾ ਪਾਣੀ ਖੜ੍ਹਾ ਸੜਕ ਦੇ ਉੱਤੇ, ਤਾਂ ਝੋਨੇ ਨੂੰ ਪਾਣੀ ਲਾਉਣ ਦੀ ਲੋੜ ਨਹੀਂ ਹੈ, ਇੱਥੋਂ ਪਾਣੀ ਤੁਸੀਂ ਲੈ ਸਕਦੇ ਹਾਂ, ਮੋਟਰਾਂ ਚਲਾਉਣ ਦੀ ਲੋੜ ਨਹੀਂ ਹੈ। ਜੇ ਅੱਜ ਦੀ ਦਿਹਾੜੀ ਧੁੱਪ ਪੈ ਜਾਵੇ ਤਾਂ ਇੰਨੀ ਧੂੜ ਉੱਡਦੀ ਹੈ ਕਿ ਘਰਾਂ ਦੇ ਫਰਸ਼ਾਂ ਦੇ ਉੱਤੇ 2-2 ਇੰਚੀ 3-3 ਇੰਚੀ ਧੂੜ ਜੰਮ ਜਾਂਦੀ ਹੈ। ਸਰ ਗੜਸ਼ੰਕਰ ਦੇ ਲੋਕਾਂ ਨੇ ਇੱਕ ਵਾਰੀ ਨਹੀਂ 2-2 ਵਾਰੀ ਬਦਲਾ ਲਿਆਂਦਾ। ਪਿਛਲੀ ਵਾਰ ਆਮ ਆਦਮੀ ਪਾਰਟੀ ਦਾ MLA ਜਿਤਾਇਆ, ਪਰ ਅਫਸੋਸ ਸਰਕਾਰ ਉੱਪਰ ਕਾਂਗਰਸ ਦੀ ਸੀ। ਉਦੋਂ ਕਾਂਗਰਸ ਤੋਂ ਲਾਰੇ ਇਹ ਸੁਣਦੇ ਰਹੇ ਕਿ ਹਾਂ ਬਣਾ ਦਿਆਂਗੇ ਬਣਾ ਦਿਆਂਗੇ, ਹੁਣ ਤਾਂ ਸਰਕਾਰ ਵੀ ਉਹੀ ਹੈ, MLA ਵੀ ਉਹੀ ਹੈ, ਹੁਣ ਤਾਂ ਲੋਕਾਂ ਦੀ ਬਹੁਤ ਔਖਾ ਹੋ ਚੁੱਕਿਆ। ਸੋ ਇਹੀ ਅਸੀਂ ਤਾਂ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਵੀ ਛੇਤੀ ਤੋਂ ਛੇਤੀ ਇਹ ਸੜਕ ਬਣਾ ਦਿੱਤੀ ਜਾਵੇ। ਜਿਹੜਾ ਕਿਹਾ ਆ ਵੀ ਸਰਕਾਰ ਉੱਤੇ ਸੀਗੀ ਤਾਂ MLA ਆਪਦਾ ਬਣ ਗਿਆ, ਸਰਕਾਰ ਸਰਕਾਰ ਕੋਈ ਵੀ ਹੋਵੇ ਜੇ ਕਿਸੇ ਨੇ ਜਾ ਕੇ ਬੋਲਣਾ ਹੋਵੇ। ਜਦੋਂ ਗਿਆਨੀ ਜੈਲ ਸਿੰਘ ਦੀ ਸਰਕਾਰ ਸੀਗੀ ਤਾਂ ਕਾਂਗਰਸ ਕੈਨੇਡੀਅਨ ਜੀ ਲਾਜੇ 'ਤੇ ਡੋਲ ਲੈ ਕੇ ਗਏ ਸੀ ਅਤੇ ਉੱਥੇ ਹੱਸਣ ਲੱਗ ਪਏ ਵਿਧਾਨ ਸਭਾ 'ਚ ਲੋਕ MLA, ਉਹ ਕਹਿੰਦੇ ਵੀ ਕੈਨੇਡੀਅਨ ਸਾਹਿਬ ਆ ਕੇ ਲੈ ਕੇ ਆਏ, ਕਹਿੰਦਾ ਜੀ ਜਿਸ ਹਲਕੇ 'ਚੋਂ ਮੈਂ ਆਇਆ ਆ ਉੱਥੇ ਇੰਨਾ ਡੂੰਘਾ ਪਾਣੀ ਇਸਤਰੀਆਂ ਨੂੰ ਮਿਲਦਾ ਆ, ਇਸ ਕਰਕੇ ਜੇ ਕੰਮ ਕਰਨਾ ਹੋਵੇ, ਨੀਤ ਸਾਫ਼ ਹੋਵੇ ਤਾਂ ਸਾਰਾ ਕੁਛ ਆ। ਮਤਲਬ ਕਈਆਂ ਨੂੰ ਡੈਪੂਟੇਸ਼ਨ ਮਿਲ ਕੇ ਆਏ ਆ, ਕੰਢੀ ਸੰਘਰਸ਼ ਕਮੇਟੀ ਕਿਸਾਨ ਸਭਾ ਦੁਆਬਾ ਜਿਹੜੀ ਕਿਸਾਨ ਕਮੇਟੀ ਆ, ਪਰ ਇੱਕ ਲਾਹਨਤ ਇੱਦਾਂ ਦੀਆਂ ਸਰਕਾਰਾਂ ਨੂੰ ਅਤੇ ਜਿਹੜੇ ਬਣ ਕੇ ਨੁਮਾਇੰਦੇ ਜਾਂਦੇ ਆ ਉਹ। ਅਸੀਂ ਕਿਹਾ ਵੀ ਭੱਠਿਆਂ ਨਾਲ ਤੁਹਾਡੀ ਕਿਸੇ ਨੇ ਜਵਾਬ ਨਹੀਂ ਦੇਣਾ, ਇੱਥੇ ਕੇਰੀ ਸੁਕਾ ਦਿਓ,
सवेर के इतने मतलब 7:30 बजे तो लैके 3-4 आह खराब है गड्डिया, इन्होंने सारी ट्रैफिक जाम की हुई है। स्कूल जी बीजेपी की सरकार हिमाचल से आ, इधर जी सरकार आ अगलिया पिछलिया दोहां दी हट्टियां सट्टियां जारी, इन्हां दी मंत्रियां दे ट्राले आ, ये अखां खांदियां मूँह खांदा ते अखां शरमांदियां, इस करके कहिंदे नहीं। आने वाले समय के बिच असीं इह इन्हां नूं हुण इह वार्निंग देनी है कि जे इह इत्थे टोयां दे विच जिहड़ी मिट्टी ना सिट्टी गई जां बजरी ना सिट्टी गई भरे ना गए ते आने वाले समय के बिच किसान यूनियन नाल रल के जिहड़ा पक्का जिहड़ा मोर्चा लाया जाऊगा कोई फिर कुछ नहीं लंघन दिता जाऊगा। सरकार देखांगे चाहे वह सूबे की होवे चाहे सेंटर की होवे। जिदा भाई रोड का तो हम थोड़े सामने ही है देखने को, गड्डिया खड़िया टिप्पर चलते हैं, कुछ साढ़े उपर भी टुटे, हाल बाला ही माड़ा गया इन्हों का, ना तो यह बना दे ना हूँ पिंड वासी है कुछ करूंगे जो कहूंगे। आज सामने खड्डे है पे भी बड़े बड़े टिप्पर खड़े है, एक एक ये खड़ा सी एक कुछ दिन पहला से इतने पिछे खराब होया वा, वह भी कई दिन खड़ा रहा टिप्पर, इन्होंने ना तो सड़क न देखते जाम लगता रोड सारे का बुरा हाल हो। शिव कुमार नाम जी, पिंड मेरा गढ़ी मट्टू है, डेली गड्डी लेके लंघ रहे हैं, आज देख लो रोड का की हाल है। बसा तो लिखा होता गढ़ शंघ तो झुंगिया जाके झुंगिया कट के खड्डा ही रोड पा दौ, सही गल दसी है जी। साड़िया गड्डिया खराब होंगे, मालिक एवरेज पालते कितों एवरेज दे तेल दी,